ਹਰੇਕ ਸੜਕ ਤੇ ਹੋਊਗੀ, ਹਰ 30 ਕਿਲੋਮੀਟਰ ਬਾਅਦ ਇੱਕ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ। ਕੋਈ ਟਰੱਕ ਖੜਾ ਖਰਾਬ ਹੋਇਆ, ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ 'ਤੇ ਕਰ ਦਿੱਤਾ ਜਾਊਗਾ, ਕਿਉਂਕਿ ਗੱਡੀਆਂ ਇੰਨੀਆਂ ਤਕੜੀਆਂ ਨੇ। ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ, ਟੋਇਟਾ ਹੀਲਿਕਸ। ਅਸੀਂ ਕਿਹਾ ਹੁਣ ਬਣਾਉਣੀ ਤਾਂ ਹੈਗੀ ਹੈ ਇੱਕੋ ਹੀ, ਅਤੇ ਫਿਰ ਹੁਣ ਵੱਡੀਆਂ ਹੀ ਗੱਡੀਆਂ ਲਈਏ, ਵਾਰ ਵਾਰ ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ। ਸੋ ਨਾਮਵਰ ਕੰਪਨੀ ਹੈ, ਉਹਨਾਂ ਤੋਂ ਗੱਡੀਆਂ ਲਈਆਂ ਨੇ, ਕੰਪਿਊਟਰ ਫਿੱਟ ਹੈ ਸਾਰੇ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ, ਟਰੋਮਾ ਸੈਂਟਰ ਨੇ, ਉਹਨਾਂ ਨਾਲ ਅਟੈਚ ਹੈ ਹਰ ਗੱਡੀ। ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ, ਬੰਦੇ ਜ਼ਖਮੀ ਹੋ ਗਏ, ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ, ਕਿ ਪਿਛਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਹੈ। ਉਹੀ ਜਿਹੜਾ ਕਰੂਸ਼ਲ ਟਾਈਮ ਹੈ, 5-7, 10-15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ ਦੀ। ਸੋ ਸਾਡਾ ਮਕਸਦ 1 ਫਰਵਰੀ ਤੋਂ, ਕਿਉਂਕਿ ਹੁਣ ਅੱਜ ਤੋਂ ਤੁਸੀਂ ਸੜਕਾਂ 'ਤੇ ਚਲੇ ਜਾਓਗੇ, 1 ਫਰਵਰੀ ਤੋਂ ਅਸੀਂ ਤੁਹਾਨੂੰ, ਇਸ ਵਾਰ 29 ਫਰਵਰੀ ਹੈ, ਲੀਪ ਦਾ ਸਾਲ ਹੈ, 29 ਫਰਵਰੀ ਤੱਕ ਦਾ ਡਾਟਾ ਦੇਵਾਂਗੇ। ਪਿਛਲੇ ਸਾਲ ਇਸੇ ਫਰਵਰੀ ਮਹੀਨੇ 'ਚ ਕਿੰਨੀਆਂ ਐਕਸੀਡੈਂਟ ਹੋਏ ਸੀ, ਕਿੰਨੀਆਂ ਮੌਤਾਂ ਹੋਈਆਂ ਸੀ, ਇਸ ਵਾਰ SSF ਕਰਕੇ ਕਿੰਨੀਆਂ ਮੌਤਾਂ ਘੱਟ ਗਈਆਂ, ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ। ਜੇ 50% ਵੀ ਘਟਾ ਲਿਆ, 3000 ਬੰਦੇ ਦੀ ਜਾਨ ਬਚ ਜੂਗੀ ਜੀ, 3000 ਬੰਦੇ ਦੀ। ਇਹ ਛੋਟੀ ਮੋਟੀ ਗੱਲ ਨਹੀਂ ਹੁੰਦੀ, ਆਮ ਤੌਰ 'ਤੇ ਸਰਕਾਰਾਂ ਇਹੋ ਜਿਹੇ ਕੰਮਾਂ ਵਾਸਤੇ ਸੋਚਦੀਆਂ ਨਹੀਂ ਹੁੰਦੀਆਂ, ਇਕੱਲੀਆਂ ਵੋਟਾਂ ਤੱਕ ਮਤਲਬ ਰੱਖਦੇ ਨੇ। ਸਰਕਾਰ ਦਾ ਫਰਜ਼ ਹੁੰਦਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰੇ, ਕਿਉਂਕਿ ਸੜਕਾਂ ਪੰਜਾਬ ਦੇ ਵਿੱਚ ਹਾਈਵੇ ਵੱਡੇ ਨੇ, ਹੁਣ ਵੱਧ ਰਹੇ ਨੇ, ਹੋਰ ਗੱਡੀਆਂ ਪੰਜਾਬੀਆਂ ਕੋਲ ਬਹੁਤ ਵੱਡੀਆਂ ਨੇ, ਮਹਿੰਗੀਆਂ ਗੱਡੀਆਂ ਰੱਖਣ ਦੇ ਸ਼ੌਕੀਨ, ਸਪੀਡ ਦੇ ਵੀ ਸ਼ੌਕੀਨ। ਸੋ ਉਹਦੇ 'ਚ ਫਿਰ ਕਿਤੇ ਨਾ ਕਿਤੇ ਘਰ ਪੱਟੇ ਜਾਂਦੇ ਨੇ। ਤੁਸੀਂ ਦੇਖ ਲਓ, ਤੁਸੀਂ ਵੀ ਬਹੁਤ ਵਾਰੀ ਗਏ ਹੋਵੋਗੇ, ਜਿਹੜੀ ਦੁਨੀਆ ਕੈਮਰਿਆਂ ਦੇ ਥਰੂ, ਪ੍ਰੈਸ ਦੇ ਥਰੂ ਮੈਨੂੰ ਸੁਣ ਰਹੀ ਹੈ, ਉਹਨਾਂ ਦਾ ਵੀ ਤਜਰਬਾ ਹੋਇਆ ਹੋਣਾ। ਚੰਗੇ ਭਲੇ ਜਾਂਦੇ ਹੁੰਦੇ ਹਾਂ, ਜੀਰਕਪੁਰ ਜਾ ਕੇ ਜਾਂ ਖਰੜ ਕੋਲ ਜਾ ਕੇ ਡਰਾਈਵਰ ਦੇ ਹੱਥ ਕੰਬਣ ਲੱਗ ਜਾਂਦੇ ਨੇ ਵੀ ਅੱਗੇ ਚੰਡੀਗੜ੍ਹ ਆ ਗਿਆ, ਵੀ ਕੋਈ ਨਾ ਕੋਈ ਗਲਤੀ ਮੈਥੋਂ ਹੋਊਗੀ। ਹੁਣ ਇਸੇ ਚੱਕਰ 'ਚ ਕਰ ਵੀ ਲੈਂਦਾ ਉਹ, ਕਈ ਤਾਂ ਡਰਾਈਵਰ ਇੱਦਾਂ ਦੇ ਨੇ ਕਹਿੰਦੇ ਮੁਹਾਲੀ ਛੱਡ ਕੇ ਜਾਵਾਂਗੇ ਜੀ, ਉਦੋਂ ਅੱਗੇ ਤੁਸੀਂ ਆਪਦਾ ਫੋਰ ਕਰ ਲਿਓ, ਸਾਥੋਂ ਚੰਡੀਗੜ੍ਹ 'ਚ ਨਹੀਂ ਬੜਿਆ ਜਾਂਦਾ। ਕੋਈ ਚੰਡੀਗੜ੍ਹ ਪੁਲਿਸ ਕੋਈ ਇਹ ਨਹੀਂ ਹੈਗਾ ਕੋਈ ਮਾਰਦੀ ਕੁੱਟਦੀ ਜਾਂ ਕੋਈ ਕੋਈ ਬਹੁਤਾ ਜ਼ਿਆਦਾ, ਉਹ ਸਿਰਫ ਇਹ ਹੈ ਕਿ ਡਿਸਿਪਲਿਨ ਨਾਲ ਗੱਡੀ ਚਲਾਉਣ ਵਾਲੇ ਨੂੰ ਜਿਹੜਾ ਉਹ ਐਪਰੀਸ਼ੀਏਟ ਕਰਦੇ ਆ, ਜਿਹੜਾ ਕੋਈ ਥੋੜ੍ਹੀ ਬਹੁਤ ਵੀ ਕੋਈ ਨਾ ਕੋਈ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਾ, ਉਹਨੂੰ ਛੱਡਦੇ ਨਹੀਂ, ਉਹਦਾ ਚਲਾਨ ਕਰਦੇ ਆ। ਸੋ ਇਹ ਸੋਚ ਲੈ ਕੇ ਅਸੀਂ SSF ਬਣਾਈ ਹੈ, ਔਰ SSF ਦਾ ਟ੍ਰੇਨਿੰਗ ਹੋ ਗਈ, ਕਪੂਰਥਲੇ ਟ੍ਰੇਨਿੰਗ ਹੋਈ ਹੈ, ਗੱਡੀਆਂ ਪਹੁੰਚ ਗਈਆਂ, 1 ਹਰ 30 ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜ੍ਹੀ ਹੋਇਆ ਕਰੂਗੀ, ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ 'ਤੇ ਜਾ ਰਿਹਾ। ਸੋ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ, ਪਰ ਮੈਂ ਸਲਾਹ ਦਿੰਦਾ ਕਿ ਅੱਜ ਤੋਂ ਬਾਅਦ ਸੜਕਾਂ 'ਤੇ ਕੋਈ ਸਟੰਟ ਜਾਂ ਸੜਕਾਂ 'ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ, ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ। ਮੈਂ ਬਹੁਤ ਸਾਰੇ ਮੈਂ ਦੋਸਤਾਂ ਮਿੱਤਰ, ਮੇਰੇ ਵੀ ਦੋਸਤ ਮਿੱਤਰ ਇੱਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋਏ ਨੇ, ਘਰ ਬਰਬਾਦ ਹੋ ਜਾਂਦੇ ਨੇ ਜੀ ਬਾਅਦ 'ਚ। ਠੀਕ ਹੈ, ਰਿਸ਼ਤੇਦਾਰ ਦੋਸਤ ਮਿੱਤਰ ਆ ਜਾਂਦੇ ਨੇ, ਭੋਗ ਤੱਕ ਆ ਜਾਂਦੇ ਨੇ, ਬਾਅਦ 'ਚ ਆ ਜਾਂਦੇ ਨੇ, ਮੁੜ ਕੇ ਝੱਲਣਾ ਤਾਂ ਪਰਿਵਾਰ ਨੂੰ ਹੀ ਪੈਂਦਾ। ਸੋ ਇਹਦਾ ਨਾਂ ਹੀ ਬੁਰਾ ਐਕਸੀਡੈਂਟ ਦਾ। ਸੋ ਆਪਾਂ ਹੁਣ ਪੰਜਾਬ 'ਚ, ਪੰਜਾਬ ਜਿਹੜਾ ਦੇਸ਼ 'ਚ ਮੌਤਾਂ ਦੇ ਵਿੱਚ ਪਹਿਲੇ ਨੰਬਰ 'ਤੇ ਹੈ, ਆਪਾਂ ਇਹਨਾਂ ਕੰਮਾਂ 'ਚ ਪਹਿਲੇ ਨੰਬਰ 'ਤੇ ਨਹੀਂ ਆਉਣਾ। ਆਪਾਂ
ਪੰਜਾਬ ਨੂੰ ਸਭ ਤੋਂ ਸੇਫੈਸਟ ਸਟੇਟ ਬਣਾਉਣਾ ਹੈ, ਸਭ ਤੋਂ ਸੁਰੱਖਿਅਤ ਸਟੇਟ ਸੜਕਾਂ ਦੇ ਮਾਮਲੇ 'ਚ ਦੁਨੀਆ ਆਉਂਦੀ ਹੈ। ਆਹ ਸੜਕ ਤੋਂ ਤਾਂ ਲੱਖਾਂ ਬੰਦੇ ਲੰਘਦੇ, 1 ਲੱਖ ਬੰਦੇ ਤਾਂ ਇਕੱਲਾ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਜਾਂਦਾ, ਜਲਿਆਂਵਾਲਾ ਬਾਗ ਦੇਖਣ ਜਾਂਦਾ, ਦੁਰਗਿਆਣਾ ਮੰਦਿਰ ਮੱਥਾ ਟੇਕਣ ਜਾਂਦੇ, ਬਾਘਾ ਬਾਰਡਰ ਦੇਖਣ ਜਾਂਦੇ, ਇਕੱਲਾ 1 ਲੱਖ ਪਰ ਡੇ ਇੱਥੋਂ ਦੀ ਲੰਘਦੇ ਹੋ। ਸੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਬਈ ਪੰਜਾਬ 'ਚ ਆਏ ਹਾਂ, ਬਈ ਇੱਥੇ ਸਾਡੀ ਜਾਨ ਦੀ ਕੀਮਤ ਹੈ, ਇੱਥੇ ਸਾਡੀ ਜਾਨ ਦੀ ਅਹਿਮੀਅਤ ਮੰਨੀ ਜਾ ਰਹੀ ਹੈ ਸਰਕਾਰ ਦੁਆਰਾ। ਔਰ ਜਿੰਨੇ ਵੀ ਜਵਾਨ ਮੁੰਡੇ ਕੁੜੀਆਂ ਟ੍ਰੇਨਿੰਗ ਦਿੱਤੀ ਹੈ, ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਓ। ਕੈਮਰਾ ਤੁਹਾਡੇ ਬਾਡੀ 'ਤੇ ਵੀ ਲੱਗਿਆ ਹੋਊਗਾ, ਇੱਥੇ ਗੱਡੀ ਦੇ ਵੀ ਬੋਨਟ 'ਤੇ ਕੈਮਰਾ ਹੈ ਅਤੇ ਪਿੱਛੇ ਕੈਮਰਾ, ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ, ਕੈਮਰੇ ਦੇ ਸਾਹਮਣੇ ਚਲਾਨ ਕੱਟਿਓ। ਉਹ 'ਚ ਅਗਲਾ ਵੀ ਨਹੀਂ ਬੋਲ ਸਕਦਾ ਕੁਛ ਮੂਹਰਲਾ ਵੀ, ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ, ਅਤੇ ਤੁਹਾਡਾ ਵੀ ਬਚਾਅ ਹੋਜੂ। ਜੇ ਕੈਮਰੇ ਤੋਂ ਬਿਨਾਂ ਇੱਧਰ ਉੱਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜੁਗਾੜ ਸੈੱਟ ਕੀਤਾ ਤੁਸੀਂ। ਔਰ ਨਾਲੇ ਫਰਜ਼ ਕਰ ਲਓ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ, ਜੇ ਤਾਂ ਹੋਰ ਡਰਾਈਵਰ ਹੈਗਾ ਉਹਦੇ ਨਾਲ ਤਾਂ ਠੀਕ ਹੈ, ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ। ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲਏ, ਜਾਂ ਗੱਡੀ ਸਾਡਾ ਵੀ ਡਰਾਈਵਰ ਦੇ ਸਕਦੇ ਹਾਂ ਅਸੀਂ ਉਹਨੂੰ, ਪੰਜਾਬ SSF ਦਾ, ਪਰ ਉਹਦੇ ਪੈਸੇ ਲੱਗਣਗੇ, ਘਰੇ ਛੱਡ ਆਵਾਂਗੇ, ਘਰੇ ਛੱਡ ਆਵਾਂਗੇ, ਨਾਲ ਜੋ ਘਰੇ ਛੱਡ ਕੇ ਆਵਾਂਗੇ ਥੋੜ੍ਹਾ ਲਾਂਭਾ ਵੀ ਦੇ ਕੇ ਆਵਾਂਗੇ ਭਾਈ, ਇਹ ਤਾਂ ਕੰਟਰੋਲ ਰੱਖਿਆ ਕਰੋ। ਇਹ ਨਹੀਂ ਹੈਗਾ ਕਿ ਅਸੀਂ ਉਹਦਾ ਚਲਾਨ ਕੱਟ ਕੇ ਉਹਨੂੰ ਕਹਿ ਦਈਏ ਹੁਣ ਤੂੰ ਜਾ, ਉਹਦੀ ਤਾਂ ਹਾਲਤ ਤਾਂ ਇਹੋ ਜਿਹੀ ਹੋਈ ਹੈ ਨਾ, ਚਲਾਨ ਕੱਟਣ ਦਾ ਕੀ ਫਾਇਦਾ, ਚਲਾਨ ਦਾ ਮਤਲਬ ਇਹ ਹੋਇਆ ਥੋੜ੍ਹੀ ਹੋਣਾ ਕਿ ਗੱਡੀ ਠੀਕ ਹੋਊਗੀ ਉਹਦੀ, ਜਾਂ ਉਹ ਠੀਕ 'ਚ ਚਲਾਉਣ ਲੱਗ ਜੂਗਾ। ਸੋ ਗੱਡੀ ਇੰਪਾਊਂਡ ਹੋਊਗੀ ਉੱਥੇ, ਗੱਡੀ ਇੰਪਾਊਂਡ ਹੋਊਗੀ, ਨਾਲ ਨਾਲ ਅੱਗੇ ਹੁਣ ਚਲਾਨਾਂ 'ਤੇ ਵੀ ਆਪਾਂ ਕਰਨਾ, ਡਰਾਈਵਿੰਗ ਲਾਇਸੈਂਸ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ੍ਹ ਫਰੀਦਕੋਟ ਫੜਿਆ ਗਿਆ ਸੀ, ਕੰਪਿਊਟਰ 'ਚ ਆ ਜਾਏ 1 ਮਿੰਟ 'ਚ, ਉਦੋਂ ਵੀ ਇਹ ਜੁਰਮਾਨਾ ਹੋਇਆ ਸੀ, ਪਰਸੋਂ ਇਹ ਉੱਧਰ ਬਠਿੰਡੇ 'ਚ ਨਹੀਂ ਫੜਿਆ ਗਿਆ ਸੀ, ਹੜਦਾ ਨਹੀਂ ਇਹਦਾ ਮਤਲਬ, ਇਹ ਹੈਬਚੁਅਲ ਹੈ, ਉਹਦਾ 1 ਨੰਬਰ ਕੱਟ ਲਓ, ਫਰਜ਼ ਕਰ ਲਓ 5 ਨੰਬਰ ਹੋਣ। ਕੈਨੇਡਾ ਅਮਰੀਕਾ 'ਚ ਇੱਦਾਂ ਹੀ ਹੈ, ਪੁਆਇੰਟ ਨੇ, ਜੇ 3.5 ਨੰਬਰ ਕੱਟੇ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲਾਇਸੈਂਸ ਲੈ, ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ। ਹੋਰ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਡਰਾਈਵਿੰਗ ਨੂੰ ਨੌਕਰੀ ਨਾਲ ਜੋੜਿਆ ਹੋਇਆ। ਬੰਦਾ ਗਿਆ, ਆਪਣੇ ਬੰਦਾ ਸੀਗਾ ਨੌਕਰੀ ਲੈਣ, ਸਭ ਕੁਝ ਠੀਕ ਸੀ, ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਨੌਕਰੀ, ਉਹ ਕਹਿੰਦੇ ਜੀ ਓਕੇ, ਐਵਰੀਥਿੰਗ ਇਜ਼ ਓਕੇ, ਓਨਲੀ ਲਾਸਟ ਥਿੰਗ, ਕੈਨ ਆਈ ਹੈਵ ਯੂਰ ਲਾਇਸੈਂਸ ਪਲੀਜ਼। ਲਾਇਸੈਂਸ ਲਿਆ, ਨੌਕਰੀ ਮਿਲਣ ਲੱਗੀ ਹੈ, ਬਸ ਇਕੱਲਾ ਲਾਇਸੈਂਸ ਦੇਖਣਾ। ਲਾਇਸੈਂਸ ਨੂੰ ਸਵਾਈਪ ਕੀਤਾ, ਓ ਮਾਈ ਗੋਡ, ਕਹਿੰਦੇ ਯੂ ਆਰ ਨੋਟ ਏ ਗੁੱਡ ਡਰਾਈਵਰ, ਤੇਰੇ ਤਾਂ ਲਾਇਸੈਂਸ 'ਚੋਂ ਨੰਬਰ ਬਹੁਤ ਕੱਟੇ ਹੋਏ ਨੇ, ਤੈਨੂੰ ਤਾਂ ਚਲਾਨ ਬਹੁਤ ਹੋਏ ਹੋਏ ਨੇ, ਸੋ ਸੋਰੀ, ਇਹ ਨੌਕਰੀ ਤੁਹਾਨੂੰ ਮਿਲ ਨਹੀਂ ਸਕਦੀ। ਉਹ ਕੀ ਕਹਿੰਦੇ ਨੇ, ਉਹਨਾਂ ਨੇ ਜਿਹੜੀ ਸਾਈਕੋਲੋਜੀਕਲੀ ਕੀ ਪੜ੍ਹਿਆ ਹੋਇਆ, ਕਹਿੰਦੇ ਜਿਹੋ ਜਿਹਾ ਵਿਹਾਰ ਬੰਦੇ ਦਾ, ਜਿਹੋ ਜਿਹਾ ਵਤੀਰਾ ਬੰਦੇ ਦਾ ਗੱਡੀ ਚਲਾਉਣ ਦੌਰਾਨ ਹੁੰਦਾ, ਉਹੀ ਵਤੀਰਾ ਉਹਦਾ ਦਫ਼ਤਰ 'ਚ ਹੁੰਦਾ। ਜੇ ਗੱਡੀ 'ਚ ਕਾਹਲੀ ਕਰਦਾ, ਦਫ਼ਤਰ 'ਚ ਵੀ ਕਾਹਲੀ ਕਰੂ। ਜੇ ਗੱਡੀ 'ਚ ਗਲਤ ਸੜਕ 'ਤੇ ਗਲਤ ਉਹ ਕਰਦਾ ਓਵਰਟੇਕ,
ਇਹਦਾ ਮਤਲਬ ਦਫ਼ਤਰ 'ਚ ਵੀ ਕੋਈ ਨਾ ਕੋਈ ਪੰਗਾ ਪਾਊ ਉਹ।